ਸਤਿ ਸ਼੍ਰੀ ਅਕਾਲ ਮੈਂ ਹਾ ਜਸਵੀਰ ਤੇ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ। ਕੁਝ ਸ਼ਖਸ ਇਹੋ ਜਿਹੇ ਹੁੰਦੇ ਕਿ ਇਦਾਂ ਦੀਆਂ ਚੀਜ਼ਾਂ ਬਣਾ ਦਿੰਦੇ ਨੇ ਇਦਾਂ ਦੇ ਕੰਮ ਕਰਦੇ ਨੇ ਕਿ ਉਹਨਾਂ ਦੇ ਕੰਮ ਬੋਲਦੇ ਨੇ। ਤੇ ਇਹੋ ਜਿਹਾ ਇੱਕ ਕਲਾਕਾਰ ਹੈ ਗੁਰਪ੍ਰੀਤ ਆਰਟਿਸਟ ਜਿਹੜਾ ਜਦੋਂ ਕਾਗਜ਼ ਨੂੰ ਹੱਥ ਲਗਾਉਂਦਾ ਆ ਵੈਸੇ ਜਦੋਂ ਕਾਗਜ਼ ਨੂੰ ਕੋਈ ਸ਼ਾਇਰ ਹੱਥ ਲਾਉਂਦਾ ਹੈ ਤੇ ਉਹ ਸ਼ਾਇਰਾਨਾ ਕਿਤਾਬ ਬਣ ਜਾਂਦੀ ਹੈ। ਜਦੋਂ ਕਾਗਜ਼ ਤੇ ਕੋਈ ਚਿੱਤਰਕਾਰ ਰੰਗ ਸੁੱਟਦਾ ਆ ਤੇ ਉਹ ਪੇਂਟਿੰਗ ਬਣ ਜਾਂਦੀ ਹੈ ਪਰ ਕਾਗਜ਼ ਨੂੰ ਇੱਕ ਨਵੇਂ ਤਰੀਕੇ ਨਾਲ ਇਸਤੇਮਾਲ ਕਰਨ ਦਾ ਹੁਨਰ ਸਿਰਫ ਗੁਰਪ੍ਰੀਤ ਆਰਟਿਸਟ ਕੋਲ ਹੈ ਗੁਰਪ੍ਰੀਤ ਜੀ ਸਭ ਤੋਂ ਪਹਿਲਾਂ ਤੇ ਤੁਹਾਨੂੰ ਜੀ ਆਇਆਂ ਕਹਿੰਦੇ ਆ ਟੀਵੀ ਪੰਜਾਬ ਤੇ ਥੈਂਕ ਯੂ ਜੀ ਥੈਂਕ ਯੂ ਮੇਰੇ ਵੱਲੋਂ ਵੀ ਸਾਰੇ ਟੀਵੀ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਹੋਰਾਂ ਬਾਰੇ ਦੱਸ ਦਈਏ ਤੇ ਪੇਪਰ ਆਰਟਿਸਟ ਨੇ ਔਰ ਤੁਸੀਂ ਪੇਪਰ ਦੇ ਨਾਲ ਕਾगज ਦੇ ਨਾਲ ਗੁਰੂ ਸਹਿਬਾਨ ਦੇ ਜਨਮ ਸਥਾਨ ਹੋਣ ਨੂੰ ਗੁਰਦੁਆਰਾ ਸਹਿਬਾਨ ਹੋਣ ਉਹਨਾਂ ਦਾ ਤੁਸੀਂ ਸਕਲਪਚਰ ਜਿਹੜੇ ਆ ਉਹ ਤਿਆਰ ਕੀਤੇ ਬਕਾਇਦਾ ਇਨ ਬਿਨ ਹੂ ਬਹੂ ਉਸੇ ਚੀਜ਼ ਨੂੰ ਜਿਹੜਾ ਕਰ ਦਿੱਤਾ ਇਹ ਪੇਪਰ ਦੇ ਨਾਲ ਮੋਹ ਤੇ ਪੇਪਰ ਦਾ ਨਵਾਂ ਇਸਤੇਮਾਲ ਇਹ ਆਈਡੀਆ ਕਦੋਂ ਪੈਦਾ ਹੋਇਆ ਤੇ ਕਿਵੇਂ ਪੈਦਾ ਹੋਇਆ ਇਹ ਜੀ ਬੇਸਿਕਲੀ ਮੈਂ ਰਾਜਸਥਾਨ ਦਾ ਰਹਿਣ ਵਾਲਾ ਹਾਂ ਜੀ ਤੇ ਅੱਜ ਤੋਂ 18 ਸਾਲ ਪਹਿਲਾਂ ਮੇਰੇ ਘਰ ਦੇ ਵਿੱਚ ਮੇਰੇ ਬ੍ਰਦਰ ਨੇ ਕੁਝ ਇਹੋ ਜਿਹਾ ਕ੍ਰੀਏਟ ਕਰਕੇ ਦਿਖਾਇਆ ਕਿ ਜਿੱਤੋਂ ਮੈਂ ਕਾਫੀ ਇਨਸਪਾਇਰ ਹੋਇਆ ਤੇ ਮੇਰੇ ਮਨ ਦੇ ਵਿਚਾਰ ਆਇਆ ਵਿਚ ਵਿਚਾਰ ਆਇਆ ਕਿ ਕਿਉਂ ਨਾ ਮੈਂ ਵੀ ਆਪਣੀ ਕਲਾ ਦੇ ਰਾਈ ਕੁਝ ਨਵਾਂ ਕਰਕੇ ਦਿਖਾਵਾਂ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਆਪਣੀ ਕਲਾ ਦੀ ਕੋਈ ਅੱਛੀ ਜੀ ਦੇਣ ਦੇ ਸਕਾਂ ਤੇ ਫਿਰ ਮੈਂ ਕੰਮ ਸਟਾਰਟ ਕੀਤਾ ਜੀ ਗੁਰਪ੍ਰੀਤ ਕਿੰਨੇ ਸਮੇਂ ਤੋਂ ਇਹ ਪੇਪਰ ਆਰਟ ਦੇ ਨਾਲ ਜੁੜਿਆ ਹੋਇਆ ਹੈ ਤੇ ਕਦੋਂ ਗੁਰਪ੍ਰੀਤ ਨੂੰ ਲੱਗਾ ਕਿ ਹੁਣ ਜਾ ਕੇ ਜਿਹੜੀ ਮਿਹਨਤ ਕੀਤੀ ਸੀਗੀ ਉਹਦਾ ਫਾਲ ਮਿਲਣਾ ਸ਼ੁਰੂ ਹੋ ਗਿਆ ਹੈ ਬਿਲਕੁਲ ਜੀ ਇਹ ਤਕਰੀਬਨ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਲਗਭਗ 18 ਸਾਲ ਤੋਂ ਮੈਂ ਇਸ ਕਾਰਜ ਦੇ ਨਾਲ ਜੁੜਿਆ ਹੋਇਆ ਹਾਂ ਤੇ ਤਕਰੀਬਨ ਪਹਿਲੇ ਵਾਲੇ 7-8 ਸਾਲ ਬਹੁਤ ਜ਼ਿਆਦਾ ਸਟਰਗਲ ਦੇਖਣੀ ਪਈ ਕਿਉਂਕਿ ਪਰਿਵਾਰ ਵਾਲੇ ਵੀ ਇੰਨੇ ਵਧੀਆ ਲੈਵਲ ਤੇ ਕਿ ਸਲਾਗਾ ਨਹੀਂ ਕਰਦੇ ਸੀ ਕਿ ਤੁਸੀਂ ਚੰਗਾ ਕੰਮ ਕਰ ਰਹੇ ਕਿਉਂਕਿ ਕੋਈ ਅਚੀਵਮੈਂਟ ਨਹੀਂ ਮਿਲੀ ਸੀ ਤੇ ਜਿਵੇਂ ਜਿਵੇਂ ਕੰਮ ਕਰਦੇ ਗਏ ਕਿਉਂਕਿ ਮੈਂ ਸਭ ਤੋਂ ਪਹਿਲਾਂ ਆਪਣੇ ਖੋਦ ਦੇ ਘਰ ਦਾ ਕਾ ਮਾਡਲ ਬਣਾਇਆ ਉਸ ਤੋਂ ਬਾਅਦ ਇੱਕ سلسلہ ਸ਼ੁਰੂ ਹੋ ਗਿਆ ਕਿ ਕਾਗਜ਼ ਦੇ ਨਾਲ ਅਨੇਕਾਂ ਹੀ ਤਰ੍ਹਾਂ ਦੇ ਆਪਾਂ ਮਾਡਲ ਬਣਾ ਕੇ ਦੁਨੀਆ ਦੇ ਅੱਗੇ ਰੱਖਦੇ ਜਿਨ੍ਹਾਂ ਦੇ ਵਿੱਚੋਂ ਕਿ ਦੁਨੀਆ ਦੇ 7 ਜ਼ੁਬੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕੀਤੀ ਦੁਨੀਆ ਦੇ 7 ਜ਼ੁਬਿਆਂ ਦੇ ਮਾਡਲ ਮੈਂ ਕਾਗਜ਼ ਦੇ ਨਾਲ ਬਣਾ ਦਿੱਤੇ ਜੀ ਜੀ ਤੇ ਉਹਦੇ ਬਾਅਦ سلسلہ ਵਧਦਾ ਗਿਆ ਤੇ ਸੰਨ 2009 ਤੋਂ ਬਾਅਦ ਧਾਰਮਿਕ ਸਥਾਨਾਂ ਦੇ ਜਿਹੜੇ ਮਾਡਲ ਨੇ ਸਿੱਖੀਜ਼ਮ ਨਾਲ ਜੁੜੇ ਆ ਹੋਰ ਅਨੇਕਾਂ ਧਰਮਾਂ ਨਾਲ ਜੁੜੇ ਹੋਏ ਉਹ ਵੀ ਮੈਂ ਬਣਾਉਣੇ ਸਟਾਰਟ ਕਰ ਦਿੱਤੇ ਜੀ ਤੇ ਉਹ ਉਸ ਤੋਂ ਬਾਅਦ ਤੁਹਾਡੀ ਪਛਾਣ ਬਣਨੀ ਸ਼ੁਰੂ ਹੋਈ ਜਾਂ ਉਸ ਤੋਂ ਪਹਿਲਾਂ ਪਛਾਣ ਬਣਨੀ ਸ਼ੁਰੂ ਹੋ ਗਈ ਸੀਗੀ ਹਾਂਜੀ ਉਹ ਇਸ ਤਰ੍ਹਾਂ ਹੋਇਆ ਕਿ ਮੈਂ ਤਕਰੀਬਨ 2003 ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ ਸੀ ਜੀ ਤੇ 2007 ਦੇ ਵਿੱਚ ਦੁਨੀਆ ਦੇ 7 ਅਜੂਬਿਆਂ ਦੀ ਚੋਣ ਚੱਲ ਰਹੀ ਸੀ ਤੇ ਉਹਦੇ ਵਿੱਚ ਆਪਣਾ ਇੰਡੀਆ ਦਾ ਤਾਜ ਮਹਿਲ ਗਿਣਿਆ ਜਾਂਦਾ ਹੈ ਕਿ ਤਾਜ ਮਹਿਲ ਨੂੰ VOTING ਦੇ ਲਈ ਬਹੁਤ ਵੱਡੀ ਮੁਹਿੰਮ ਚੱਲ ਰਹੀ ਸੀ ਰੈਲੀਆਂ ਨਿਕਲ ਰਹੀਆਂ ਸੀ ਤੇ ਜਦੋਂ ਇੱਥੋਂ ਦੀ ਮੀਡੀਆ ਨੂੰ ਪਤਾ ਚੱਲਿਆ ਕਿ ਤਾਜ ਮਹਿਲ ਇੱਕ ਅੰਮ੍ਰਿਤਸਰ ਦੇ ਆਰਟਿਸਟ ਨੇ ਬਣਾਇਆ ਤੇ ਸਾਰੇ ਇੱਕ ਮੀਡੀਆ ਦਾ ਹਰਡ ਮੇਰੇ ਵੱਲ ਆ ਗਿਆ ਸਾਰੇ ਪੰਜਾਬ ਲੈਵਲ ਤੋਂ ਨਹੀਂ ਦਿੱਲੀ ਲੈਵਲ ਤੋਂ ਵੀ ਜਿੰਨੀ ਵੀ ਮੀਡੀਆ ਨੇ ਕਵਰੇਜ ਕੀਤੀ ਤੇ ਇੱਕ ਨਾਮ ਸਥਾਪਿਤ ਹੋ ਗਿਆ ਕਿ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਜਿਨੇ ਕਿ ਦੁਨੀਆ ਦੇ 7 ਜੁਬਿਆਂ ਦੇ ਮਾਡਲ ਬਣਾਏ ਨੇ ਜੀ ਜੀ ਉਸ ਤੋਂ ਬਾਅਦ ਇੱਕ ਵੱਡੇ ਲੈਵਲ ਤੇ ਪਹਿਚਾਨ ਸਾਹਮਣੇ ਆਈ ਕਿਉਂਕਿ ਦੁਨੀਆ ਦੇ ਹਰ ਇੱਕ ਚੈਨਲ ਨੇ ਹਰ ਇੱਕ ਨਿਊਜ਼ ਏਜੰਸੀ ਨੇ ਉਹਨੂੰ ਕਵਰ ਕੀਤਾ ਤੇ ਲਿਮਕਾ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਗੁਰਪ੍ਰੀਤ ਦਾ ਨਾਮ ਸ਼ਾਮਿਲ ਹੋ ਗਿਆ ਹੈ ਬਿਲਕੁਲ ਜੀ ਬਿਲਕੁਲ ਤਕਰੀਬਨ 2012 ਤੋਂ ਬਾਅਦ ਮੇਰੇ ਖਿਆਲ ਨਾਲ हां 6 ਸਾਲ ਤੋਂ ਇਹ ਅਵਾਰਡਾਂ ਵਾਲਾ ਵਰਲਡ ਰਿਕਾਰਡਸ ਜਿਹੜੇ ਹੈਗੇ ਨੈਸ਼ਨਲ ਰਿਕਾਰਡਸ ਦਾ سلسلہ ਸ਼ੁਰੂ ਹੋਇਆ ਤੇ ਉਹ ਅੱਜ ਤੱਕ ਪ੍ਰਮਾਤਮਾ ਦੀ ਕਿਰਪਾ ਨਾਲ ਚੱਲ ਰਿਹਾ ਹੈ ਗੁਰਪ੍ਰੀਤ ਜਿਵੇਂ ਤੁਸੀਂ ਦੱਸਿਆ ਕਿ ਰਾਜਸਥਾਨ ਤੋਂ ਤੁਸੀਂ ਪ੍ਰਸਥਾਨ ਕਰਦੇ ਹੋ ਪੰਜਾਬ ਦੇ ਵਿੱਚ ਆਣ ਕੇ ਇੱਥੇ ਠਹਿਰਾਓ ਕਰਦੇ ਹੋ ਅੰਮ੍ਰਿਤਸਰ ਦੇ ਵਿੱਚ ਆਪਣੀ ਰਹਿائش ਬਣਾਉਂਦੇ ਹੋ ਇਸ ਸਭ ਦੇ ਦਰਮਿਆਨ ਜਦੋਂ ਤੁਸੀਂ ਪੇਪਰ ਆਰਟਿਸਟ ਦੇ ਤੌਰ ਤੇ ਕੰਮ ਕਰਦੇ ਸੀਗੇ ਹੁਣ ਸ਼ੁਰੂਆਤੀ ਦੌਰ ਦੇ ਵਿੱਚ ਇਹ ਤੁਹਾਡਾ ਜਿਹੜਾ ਆਰਟ ਸੀਗਾ ਤੁਹਾਡੀ ਕਲਾ ਸੀਗੀ ਰੋਜ਼ਗਾਰ ਤਾਂ ਤੁਹਾਨੂੰ ਦੇ ਨਹੀਂ ਰਹੀ ਸੀਗੀ ਤੇ ਫਿਰ ਨਾਲ ਕੁਝ ਹੋਰ ਰੋਜ਼ੀ-ਰੋਟੀ ਦਾ ਵੀ ਜੁਗਾੜ ਰੱਖਿਆ ਹੋਇਆ ਸੀਗਾ ਜਾਂ ਫਿਰ ਸਬਰ ਰੱਖਿਆ ਕਿ ਕੋਈ ਗੱਲ ਨਹੀਂ ਇਹਦੇ ਤੋਂ ਹੀ ਕਿਸੇ ਨਾ ਕਿਸੇ ਦਿਨ ਕੁਝ ਨਾ ਕੁਝ ਬਣਾਗੇ ਬਿਲਕੁਲ ਜੀ ਇਹ ਸਹੀ ਗੱਲ ਹੈ ਕਿਉਂਕਿ ਜਦੋਂ ਤਾਂ ਸ਼ੁਰੂ ਵਾਲੇ 7-8 ਸਾਲ ਸਟਰਗਲ ਚੱਲਦੀ ਰਹੀ ਤੇ ਮਨ ਕਿਤੇ ਨਾ ਕਿਤੇ ਥੋੜਾ-ਬਹੁਤ ਮਾਯੂਸ ਹੁੰਦਾ ਸੀ ਲੇਕਿਨ ਮੈਂ ਹੌਸਲਾ ਨਹੀਂ ਛੱਡਿਆ ਕੰਮ ਕਰਦਾ ਗਿਆ ਤੇ ਤੇ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਵੱਡਾ ਮੌਲਾ ਉਹਦੇ ਵਿੱਚ ਮੈਂ ਐਜ਼ ਅ ਕ੍ਰੀਏਟਿਵ ਡਾਇਰੈਕਟਰ ਤਕਰੀਬਨ 5 ਸਾਲ ਕੰਮ ਕੀਤਾ ਤੇ ਹੁਣ ਪਿਛਲੇ 2-3 ਸਾਲਾਂ ਤੋਂ ਪੂਰੇ ਵਰਲਡਵਾਈਡ ਵਰਲਡ ਟੂਰ ਦਾ سلسلہ ਸ਼ੁਰੂ ਹੋਇਆ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਆਪਾਂ ਆਪਣੀ ਕਲਾ ਦੇ ਨਾਲ ਉੱਥੇ ਰੂਬਰੂ ਕਰਵਾ ਕੇ ਆ ਰਹੇ ਹਾਂ ਜੀ ਜੀ ਤੇ ਹੁਣ ਵਰਲਡ ਟੂਰ ਵੀ ਲੱਗ ਰਿਹਾ ਜਿਵੇਂ ਤੁਸੀਂ ਥੋੜਾ ਜਿਹਾ ਜ਼ਿਕਰ ਕੀਤਾ ਤੇ ਬਹੁਤ ਛੇਤੀ ਇੱਕ ਹੋਰ ਵਰਲਡ ਟੂਰ ਦੇ ਲਈ ਜਿਹੜਾ ਉਹ ਜਾ ਰਹੇ ਹੋ ਤੇ ਜਿਹੜੇ ਇਹ ਟੂਰ ਤੁਹਾਡੇ ਲੱਗਦੇ ਨੇ ਕੀ ਉਥੇ ਲੈ ਕੇ ਜਾਂਦੇ ਉਹ ਕਿਵੇਂ ਤੁਹਾਨੂੰ ਇਨਵਾਈਟ ਕੀਤਾ ਜਾਂਦਾ ਹੈ ਖਰਚਾ ਤੁਹਾਡਾ ਕੌਣ ਉਠਾਉਂਦਾ ਹੈ ਤੇ ਉਹਦਾ ਤੁਹਾਨੂੰ ਕਿੰਨਾ ਕੁ ਲਾਭ ਹੁੰਦਾ ਜਾਂ ਫਿਰ ਪੰਜਾਬ ਨੂੰ ਉਹਦਾ ਕਿੰਨਾ ਕੁ ਲਾਭ ਹੁੰਦਾ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਗਾ ਇਹ ਜਿਹੜੀ ਇੱਕ ਕਲਾ ਹੈਗੀ ਹੈ ਗੁਰੂ ਰਾਮਦਾਸ ਪਾਤਸ਼ਾਹੀ ਨੇ ਮੈਨੂੰ ਬਖਸ਼ੀ ਹੈ ਇਹ ਆਪਣੀ ਕੌਮ ਦੇ ਝੋਲੇ ਦੇ ਵਿੱਚ ਪਾਉਣ ਦੇ ਨਾਲ-ਨਾਲ ਮੈਂ ਸਿੱਖ ਇਤਿਹਾਸ ਦੇ ਨਾਲ ਵੀ ਰੂਬਰੂ ਕਰਾਉਣ ਦਾ ਜਾ ਰਿਹਾ ਹਾਂ ਨਾਲ-ਨਾਲ ਕਿਉਂਕਿ ਜਿੱਥੇ ਮੈਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜੀ ਦਾ ਮਾਡਲ ਤਿਆਰ ਕੀਤਾ ਉਹਦੇ ਨਾਲ ਹੀ ਪੰਜਾ ਸਾਹਿਬ ਨਨਕਾਣਾ ਸਾਹਿਬ ਜੋ ਪਾਕਿਸਤਾਨ ਦੇ ਵਿੱਚ ਨੇ ਸ੍ਰੀ ਕਰਤਾਰਪੁਰ ਸਾਹਿਬ ਤੇ ਇਹਨਾਂ ਦੇ ਵੀ ਮਾਡਲ ਤਿਆਰ ਕੀਤੇ ਤੇ ਅਤੇ ਦੁਨੀਆ ਦੇ ਦਸਾਂ ਪਾਸ਼ਾੀਆਂ ਦੇ ਜਿਹੜੇ ਜਨਮ ਸਥਾਨ ਨੇਗੇ ਪਹਿਲੇ ਪਾਸ਼ੇ ਤੋਂ ਲੈ ਕੇ ਦਸਵੇਂ ਪਾਸ਼ੇ ਉਹਨਾਂ ਦੇ ਵੀ ਡਿਟੇਲ ਜਨਮ ਸਥਾਨਾਂ ਦੇ ਮਾਡਲ ਬਣਾ ਕੇ ਦੇਸ਼ ਵਿਦੇਸ਼ੀਆਂ ਸਿੱਖ ਸੰਗਤਾਂ ਦੇ ਸੰਮੁਖ ਕੀਤਾ ਉਹਦੇ ਨਾਲ ਹੀ ਉਹਨਾਂ ਦਾ ਜਿਹੜਾ ਇਤਿਹਾਸ ਹੈ ਉਹ ਵੀ ਆਪਾਂ ਸੰਗਤਾਂ ਦੇ ਅੱਗੇ ਰੱਖ ਰਹੇ ਹਾਂ ਕਿ ਸਾਡੀ ਜਨਰੇਸ਼ਨ ਨਵੀਂ ਅਤੇ ਪੁਰਾਣੀ ਸਿੱਖ ਇਤਿਹਾਸ ਦੇ ਨਾਲ ਰੂਬਰੂ ਹੋ ਸਕੇ ਅੱਛਾ ਪੇਪਰ ਨੂੰ ਜਦੋਂ ਤੁਸੀਂ ਕਿਸੇ ਬਿਲਡਿੰਗ ਦੇ ਵਿੱਚ ਕਨਵਰਟ ਕਰਨਾ ਹੈ ਉਹਨੂੰ ਉਸ ਤਰੀਕੇ ਨਾਲ ਇਸਤੇਮਾਲ ਕਰਨਾ ਤੇ ਅਸੀਂ ਛੋਟੇ ਹੁੰਦੇ ਜਹਾਜ਼ ਬਣਾਉਂਦੇ ਹੁੰਦੇ ਸੀ ਤੇ ਉਹ ਵੀ ਠੀਕ ਤਰੀਕੇ ਦਾ ਨਹੀਂ ਬਣਦਾ ਹੁੰਦਾ ਸੀਗਾ ਉਹ ਵੀ ਟੇਡਾ ਮੇਡਾ ਬਣ ਜਾਂਦਾ ਸੀਗਾ ਤੇ ਉਸ ਪੇਪਰ ਨੂੰ ਕੋਈ ਖਾਸ ਕਿਸਮ ਦਾ ਇਸਤੇਮਾਲ ਕਰਦੇ ਹੋ ਇਹ ਜਿਹੜੇ ਤਿਆਰ ਕਰਨ ਲਈ ਮਾਡਲ ਜਾਂ ਫਿਰ ਆਮ ਪੇਪਰ ਜਿਹੜਾ ਵਰਤਿਆ ਜਾਂਦਾ ਉਸੇ ਨੂੰ ਹੀ ਤੁਸੀਂ ਆਪਣੇ ਤਰੀਕੇ ਨਾਲ ਆਪਣੀ ਕਲਾ ਦੇ ਨਾਲ ਇਸਤੇਮਾਲ ਕਰ ਲੈਂਦੇ ਹੋ ਦੇਖੋ ਜੀ ਪਿਛਲੇ 18 ਸਾਲਾਂ ਚ ਇਸ ਕੰਮ ਦੇ ਨਾਲ ਜੁੜ ਕੇ ਮੇਰੇ ਖਿਆਲ ਨਾਲ ਮੈਂ ਤਕਰੀਬਨ ਹਰ ਕੁਆਲਿਟੀ ਦੇ ਹਰ ਥਿਕਨੈਸ ਦੇ ਪੇਪਰ ਨੂੰ ਯੂਜ਼ ਕੀਤਾ ਇਟਾਲੀਅਨ ਵੀ ਚਾਈਨੀਸ ਵੀ ਮੂਲੇਸ਼ਨ ਇੱਕ ਪੇਪਰ ਹੁੰਦਾ ਸਟੱਫ ਹੁੰਦਾ ਇੰਡੀਅਨ ਪੇਪਰ ਵੀ ਮੈਂ ਯੂਜ਼ ਕਰਦਾ ਤੇ ਜਿਹੋ ਜਿਹਾ ਮੈਨੂੰ ਮਟੀਰੀਅਲ ਮਿਲਦਾ ਮੈਂ ਯੂਜ਼ ਕਰਕੇ ਉਹ ਮਾਡਲ ਤਿਆਰ ਕਰ ਦਿੰਦਾ ਪਰ ਮੈਨੂੰ ਯਾਦ ਉਹ ਸਮਾਂ ਆਉਂਦਾ ਜਿੱਥੇ ਕੋਈ ਟਾਈਮ ਹੁੰਦਾ ਸੀਗਾ ਕਿ ਮੈਂ ਆਪਣੇ ਬਣਾਏ ਘਰ ਦੇ ਵਿੱਚ ਮਾਡਲ ਰੱਖੇ ਹੁੰਦੇ ਤੇ ਘਰ ਦੇ ਜਾਂ ਪੜੋਸੀ ਆ ਕੇ ਹੱਸ ਪੈਂਦੇ ਸੀ ਵੀ ਆ ਕੀ ਬਣਾ ਰੱਖਿਆ ਪਰ ਅੱਜ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵੱਡੇ ਵੱਡੇ 에ਰਪੋਰਟਾਂ ਤੇ ਵੱਡੇ ਵੱਡੇ ਮਾਲਸ ਦੇ ਵਿੱਚ ਵਰਲਡ ਵਾਈਡ ਲੰਡਨ ਦੇ ਵਿੱਚ ਪੈਰਿਸ ਦੇ ਵਿੱਚ ਉਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਆਪਣੇ ਬਣਾਏ ਮਾਡਲ ਐਸਟੈਂਪ ਪਏ ਨੇ ਮਿਊਜ਼ੀਅਮ ਦੇ ਵਿੱਚ ਮੇਰਾ ਇੱਕ ਸਵਾਲ ਆ ਜੇ ਅਧੂਰਾ ਜਿਹਾ ਰਹਿ ਗਿਆ ਮੈਂ ਇਸ ਸਵਾਲ ਤੋਂ ਪਹਿਲਾਂ ਸਵਾਲ ਪੁੱਛਿਆ ਸੀਗਾ ਕਿ ਜਦੋਂ ਵਰਲਡ ਟੂਰ ਦੇ ਉੱਤੇ ਜਾਂਦੇ ਹਾਂ ਤੇ ਖਰਚਾ ਕੌਣ ਉਠਾਉਂਦਾ ਆ ਤੇ ਉਹਦਾ ਬੈਨੀਫਿਟ ਕੀ ਹੁੰਦਾ ਤੁਹਾਨੂੰ ਬਿਲਕੁਲ ਜੀ ਬੈਨੀਫਿਟ ਇਹ ਹੁੰਦਾ ਜੀ ਇਹ ਜਿੰਨੇ ਵੀ ਕੁਝ ਚੈਨਲਸ ਨੇ ਇੰਟਰਨੈਸ਼ਨਲ ਯੂਕੇ ਦੇ ਯੂਰਪ ਦੇ ਜਾਂ ਕੁਝ ਹੋਰ ਇਹ ਮੈਨੂੰ ਇਨਵਾਈਟ ਕਰਦੇ ਨੇ ਉੱਥੇ ਆਪਾਂ ਜਿੱਥੇ ਆਪਾਂ ਸਟੂਡੀਓ ਦੇ ਵਿੱਚ ਬੈਠ ਕੇ ਇਸੇ ਤਰ੍ਹਾਂ ਆਪਾਂ ਜਿਹੜਾ ਸਿੱਖੀ ਦਾ ਪ੍ਰਚਾਰ ਕਰਦੇ ਆ ਨਾਲੇ ਇਸ ਕਲਾ ਦੇ ਨਾਲ ਜਾਣੂ ਕਰੋਣੇ ਲੋਕਾਂ ਨੂੰ ਉਹਦੇ ਨਾਲ ਹੀ ਉਹ ਸਪான்ਸਰ ਵੀ ਕਰਦੇ ਨੇ ਹੁਣ ਜਿਹੜਾ ਮੈਂ ਨੈਕਸਟ ਮੰਥ ਸਿੰਗਾਪੁਰ ਜਾ ਰਹੇ ਆ ਮਲੇਸ਼ੀਆ ਜਾ ਰਹੇ ਆ ਉੱਥੇ ਹੀ ਬੜੇ ਵੱਡੇ ਪੱਧਰ ਤੇ ਇੰਟਰਨੈਸ਼ਨਲ ਸਮਾਗਮ ਹੁੰਦੇ ਨੇ ਧਾਰਮਿਕ ਉਹਨਾਂ ਦੇ ਵਿੱਚ ਹਾਜ਼ਰੀਆਂ ਭਰਾਂਗੇ ਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਹੁਤ ਕੁਝ ਨਵਾਂ ਲੈ ਕੇ ਆ ਰਹੇ ਹਾਂ ਉਹਨਾਂ ਲਈ ਜੀ ਕਿਹੜੀਆਂ ਕਿਹੜੀਆਂ ਕੰਟਰੀਆਂ ਹੁਣ ਕੋ ਮਲੀਆਂ ਨੇ ਮੈਂ ਜੀ ਮੇਰੇ ਖਿਆਲ ਨਾਲ 4-5 ਵਾਰੀ ਯੂਕੇ ਜਾ ਆਏ ਆ ਯੂਰਪ ਜਰਮਨ ਫਰਾਂਸ ਇਟਲੀ ਬੈਲਜੀਅਮ ਜਾਏ ਉਸ ਤੋਂ ਇਲਾਵਾ ਸਿੰਗਾਪੁਰ ਜਾਏ ਕੈਨੇਡਾ ਜਾਏ ਤੇ ਹੁਣ ਫੇਰ ਦੁਬਾਰਾ ਬੜੀ ਜਲਦੀ ਸ਼ਾਇਦ ਆਸਟ੍ਰੇਲੀਆ ਵੀ ਜਾ ਰਹੇ ਜਨਵਰੀ ਜੀ ਹੁਣ ਰੋਜੀ ਰੋਟੀ ਦਾ ਜਿਗਾਰਡ ਇਹੀ ਹੈ ਇਹ ਕਿਵੇਂ ਤੁਹਾਨੂੰ ਰੋਜੀ ਰੋਟੀ ਦਿੰਦਾ ਹੈ ਜਾਂ ਨਾਲ ਪੈਰਲਲ ਕੁਝ ਨਾ ਕੁਝ ਹੋਰ ਵੀ ਰੱਖਿਆ ਹੋਇਆ ਹੈ ਬਿਲਕੁਲ ਜੀ ਮੈਂ ਆਪ ਜੀ ਨੂੰ ਹੁਣੇ ਦੱਸਿਆ ਕਿ ਮੈਂ ਇੱਥੇ α1 ਮੋਲ ਹੈਗਾ ਉਸ ਤੋਂ ਇਲਾਵਾ ਪੰਜਾਬ ਦੇ ਹੋਰ ਕਈ ਸਾਰੇ ਮੋਲਜ਼ ਉਹਨਾਂ ਦੇ ਨਾਲ ਮੈਂ ਐਜ਼ ਅ ਕ੍ਰੀਏਟਿਵ ਡਾਇਰੈਕਟਰ ਕੰਮ ਕਰ ਰਿਹਾ ਸੀਗਾ ਲੇਕਿਨ ਹੁਣ ਫੋਰਨ ਜਿਹੜੇ ਟੂਰਾਂ ਦੇ ਰੁਜ਼ੀਵਾ ਕਰਕੇ ਹੁਣ ਮੈਂ ਫਿਲਹਾਲ ਇਸੇ ਕੰਮ ਤੇ ਫੋਕਸ ਦਿੱਤਾ ਆ ਤੇ ਨਾਲ ਨਾਲ ਮੇਰਾ ਵੱਡਾ ਇੱਕ ਮਨ ਦੇ ਵਿੱਚ ਏਮ ਇਹ ਹੈਗਾ ਕਿ ਜਿੱਥੇ ਕਲਾ ਨਾਲ ਆਪਣੇ ਰੁਜ਼ਗਾਰ ਆਪਣਾ ਰੋਜੀ ਰੋਟੀ ਦਾ ਜ਼ਰੀਆ ਬਣਾਇਆ ਉਹਦੇ ਨਾਲ ਵੀ ਮੈਂ ਸਮਾਜ ਨੂੰ ਇੱਕ ਚੰਗੀ ਸੇਧ ਦੇ ਦੇ ਸਕਾਂ ਤੇ ਆਉਣ ਵਾਲੀ ਜਿਹੜੀ ਜਨਰੇਸ਼ਨ ਹੈ ਇਨਸਪਾਇਰ ਹੋ ਕੇ ਆਪਣੇ ਸਮਾਜ ਦਾ ਨਾਮ ਰੋਸ਼ਨ ਕਰੇ ਆਪਣੇ ਦੇਸ਼ ਦਾ ਆਪਣੀ ਕੌਮ ਦਾ ਨਾਮ ਰੋਸ਼ਨ ਕਰੇ ਦੇਖੋ ਕਿੰਨੇ ਸਾਰੇ ਵਰਲਡ ਰੈਕੋਰਡਸ ਬਾਣੀ ਦੇ ਵਿੱਚ ਇੱਕ ਪੰਕਤੀ ਮੈਨੂੰ ਯਾਦ ਆ ਗਈ ਕਿ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰਸਤਗੁਰ ਸੰਗ ਕੀਰੇ ਹਮ ਥਾਪੇ ਗੁਰੂ ਸਾਹਿਬਾਨਾਂ ਦੇ ਧਾਰਮਿਕ ਸਥਾਨਾਂ ਦੇ ਮਾਡਲ ਬਣਾ ਕੇ ਸਾਡੇ ਵਰਗੇ ਨਿਮਾਣਾਂ ਨੇ ਵੀ ਉਹਨਾਂ ਨੇ ਮਾਣ ਦਿੱਤਾ ਤੇ ਆਉਣ ਵਾਲੇ ਟਾਈਮ 'ਚ ਮੈਂ ਸੋਚਦਾ ਕਿ ਬਹੁਤ ਕੁਝ ਨਵੀਂ ਜਨਰੇਸ਼ਨ ਵੀ ਇਸ ਕਲਾ ਤੋਂ ਲਾਹਾ ਲਏਗੀ अच्छा जबो ਤੁਸੀਂ ਮਾਡਲ ਬਣਾਉਨੇ ਆ तकरीबन ਗੁਰੂ ਸਹਿਬਾਨ ਦੇ ਜਨਮ ਸਥਾਨਾਂ ਨਾਲ ਸੰਬੰਧਿਤ ਤੁਸੀਂ ਦੇਖਿਆ ਸੀ ਤੁਸੀਂ ਮਾਡਲ ਬਹੁਤ ਖੂਬਸੂਰਤ ਬਣਾਇਆ ਇਹਨਾਂ ਜਨਮ ਸਥਾਨਾਂ ਦੇ ਉੱਤੇ ਇਹਨਾਂ ਗੁਰਦੁਆਰਾ ਸਹਿਬਾਨ ਦੇ ਉੱਤੇ ਆਪ ਜਾ ਕੇ ਕੱਲੀ ਕੱਲੀ ਚੀਜ਼ ਨੂੰ ਨੀਜ਼ ਨਾਲ ਵੇਖਿਆ ਉਸ ਤੋਂ ਬਾਅਦ ਇਹ ਬਣਾਇਆ ਜਾਂ ਸਿਰਫ ਤਸਵੀਰਾਂ ਜਾਂ ਵੀਡੀਓਜ਼ ਦੇ ਜ਼ਰੀਏ ਜੋ ਕੁਝ ਤੁਹਾਨੂੰ ਨਜ਼ਰ ਆਇਆ ਉਹਨੂੰ ਦੇਖ ਕੇ ਹੀ ਬਣਾਇਆ ਬਿਲਕੁਲ ਜੀ ਇਹ ਆਪ ਜੀ ਦਾ ਸਵਾਲ ਬੜਾ ਮੈਨੂੰ ਅੱਛਾ ਲੱਗਿਆ ਪੁੱਛਣਾ ਵਾਜੀ ਵੀ ਸੀ ਕਿਉਂਕਿ ਇਹਨਾਂ ਪਵਿੱਤਰ ਸਥਾਨਾਂ ਤੇ ਜਿਹੜੇ ਇੰਡੀਆ ਦੇ ਵਿੱਚ ਨੇ ਕੁਝ ਪਾਕਿਸਤਾਨ ਦੇ ਵਿੱਚ ਨੇ ਜਿਵੇਂ ਚੂਨਾ ਮੰਡੀ ਸਾਹਿਬ ਲਾਹੌਰ ਗੁਰੂ ਰਾਮਦਾਸ ਪਾਸ਼ੇ ਦਾਇਲਾਹੌਰ ਚ ਹੈ ਇੰਡੀਆ ਦੇ ਵਿੱਚ ਤਕਰੀਬਨ ਸਾਰੇ ਗੁਰਦੁਆਰਿਆਂ ਤੇ ਜਾ ਕੇ ਆਪ ਡਿਟੇਲ ਲੈ ਕੇ ਸਾਰੀ ਫੋਟੋਗ੍ਰਾਫੀਜ਼ ਵੀਡੀਓਜ਼ ਬਣਾ ਕੇ ਫਿਰ ਆਪਾਂ ਇਹ ਮਾਡਲ ਤਿਆਰ ਕੀਤੇ ਨੇ ਤੇ ਜਿੰਨੀ ਵੀ ਹਿਸਟਰੀ ਦੀ ਡਿਟੇਲਸ ਹੋ ਸਕਦੀ ਹੈ ਵੱਧ ਤੋਂ ਵੱਧ ਲੈ ਕੇ ਉਸੇ ਬਰੀਕੀ ਨਾਲ ਉਸੇ ਡਿਟੇਲ ਨਾਲ ਤਿਆਰ ਕਰੀਦਾ ਹੈ ਅਤੇ ਇੱਕ ਹੋਰ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਉਹਨਾਂ ਗੁਰਦ ਆਮਾ ਦੇ ਇਤਿਹਾਸ ਬਾਰੇ ਬਹੁਤ ਘੱਟ ਸੰਗਤ ਨੂੰ ਸਾਡੇ ਸਿੱਖ ਸੰਗਤ ਨੂੰ ਪਤਾ ਹੈ ਤੇ ਮੇਰੀ ਕਲਾ ਇਸ ਕਲਾ ਦੇ ਨਾਲ ਜੁੜ ਕੇ ਇਹਨਾਂ ਧਾਰਮਿਕ ਸਥਾਨਾਂ ਬਣਾਉਣ ਦਾ ਇਹ ਉਦੇਸ਼ ਹੈ ਕਿ ਵੱਧ ਤੋਂ ਵੱਧ ਇਸ ਇਤਿਹਾਸ ਨਾਲ ਲੋਕ ਰੂਬਰੂ ਹੋ ਸਕਣ ਨਨਕਾਣਾ ਸਾਹਿਬ ਗਾਇਓ ਨਨਕਾਣਾ ਸਾਹਿਬ ਜਾਣਾ ਸੀਗਾ ਕੋਈ ਲਾਹੌਰ ਚ ਇਨਸੀਡੈਂਟ ਹੋ ਗਿਆ ਸੀ ਫਿਰ ਮੈਂ ਜਾ ਨਹੀਂ ਸਕਿਆ ਸ਼੍ਰੋਮਣੀ ਕਮੇਟੀ ਵੱਲੋਂ ਮੈਨੂੰ ਅਪਰੂਵਲ ਮਿਲਿਆ ਸੀਗਾ ਵੀਜ਼ਾ ਵਗੈਰਾ ਸਾਰਾ ਹੋ ਗਿਆ ਸੀ ਫਿਰ ਉੱਥੋਂ ਦਾ ਮਾਡਲ ਕਿਵੇਂ ਬਣਾਇਆ ਤੁਸੀਂ ਉਹਦੀ ਸਾਰੀ ਡਿਟੇਲ ਫਿਰ ਮੈਂ Google ਦੀ ਮਦਦ ਨਾਲ ਬਣਾਈ ਜਿਵੇਂ ਪਿਛਲੇ ਦਿਨੀ ਆਪ ਜੀ ਨੂੰ ਪਤਾ ਹੈ ਕਿ ਕਰਤਾਰਪੁਰ ਸਾਹਿਬ ਦੇ ਲਾਂਘਾ ਖੁੱਲਣ ਬਾਰੇ ਕਾਫੀ ਕਸ਼ਮਕਸ਼ ਚੱਲ ਰਹੀ ਹੈ ਮੈਂ ਵੀ ਐਜ ਐ ਸਿੱਖ ਜਿਵੇਂ ਦੁਨੀਆ ਦਾ ਮੈਂ ਕੱਲਾ ਨਹੀਂ ਦੁਨੀਆ ਦਾ ਹਰ ਇੱਕ ਸਿੱਖ ਅਰਦਾਸ ਕਰਦਾ ਹੈ ਕਿ ਜੀ ਵਿਛਰੇ ਹੋਏ ਗੁਰਧਾਮਾਂ ਦੇ ਦਰਸ਼ਨਦਾਰੇ ਸਾਰੇ ਪੰਥ ਨੂੰ ਦਵਾਓ ਤੇ ਮੈਂ ਵੀ ਉਹ ਐਜ ਐ ਸਿੱਖ ਅਰਦਾਸ ਕਰਦਾ ਕਿ ਇਹਨਾਂ ਗੁਰਧਾਮਾਂ ਦੇ ਖੁੱਲੇ ਦਰਸ਼ਨਦਾਰੇ ਹੋ ਸਕਣ ਤਾਂ ਉਹਨਾਂ ਦੇ ਖੁੱਲੇ ਦਰਸ਼ਨ ਦੇ ਦਾਰੇ ਕਰਨ ਦੀ ਮੰਗ ਸਦਕਾ ਇੱਕ ਮਨ ਦੇ ਵਿੱਚ ਪ੍ਰੇਰਣਾ ਆਈ ਉਹਨਾਂ ਗੁਰਧਾਮਾਂ ਦੇ ਮਾਡਲ ਆਪਾਂ ਕਾਗਜ਼ ਦੇ ਨਾਲ ਬਣਾ ਕੇ ਸਿੱਖ ਸੰਗਤ ਦੇ ਮਨ ਨੂੰ ਇੱਕ ਠੰਡ ਪਹੁੰਚਾ ਸਕੀ ਕਿ ਇਹੋ ਜੇ ਉਹ ਦਰਸ਼ਨ ਸਥਾਨ ਨੇ ਤੀਰਥ ਸਥਾਨ ਨੇ ਜਿੱਥੇ ਅਸੀਂ ਜਾਣ ਲਈ ਤਰਸਦੇ ਹਾਂ ਤੇ ਉਹ ਨਾਲ ਟਾਈਮ 'ਚ ਗੁਰੂ ਮਹਾਰਾਜ ਕਿਰਪਾ ਕਰਨ ਭਾ ਜ਼ਰੂਰ ਉੱਥੇ ਜਾਵਾਂਗੇ ਬਿਲਕੁਲ ਔਰ ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਨੂੰ ਵੀ ਬੂਰ ਪਵੇ ਤੇ ਹਰ ਉਹ ਪੰਜਾਬੀ ਜਿਹੜਾ ਇਹ ਚਾਹੁੰਦਾ ਆ ਉਹਦੀਆਂ ਆਸਾਂ ਨੂੰ ਵੀ ਜ਼ਰੂਰ ਬੂਰ ਪਵੇ ਜਿਹੜੀਆਂ ਦੂਰੀਆਂ ਉਹ ਘਟਣ ਮੁਲਕਾਂ ਦੀਆਂ ਕਿਉਂਕਿ ਇਹਨਾਂ ਮੁਲਕਾਂ ਦੀਆਂ ਦੂਰੀਆਂ ਦਾ ਕਰਕੇ ਬਹੁਤ ਸਾਰੇ ਆਪਣੇ ਆਪਣਿਆਂ ਤੋਂ ਦੂਰ ਹੋਏ ਇਹ ਅਸੀਂ ਸਾਰੇ ਜਣੇ ਜਾਣਦੇ ਹਾਂ ਕਿਉਂਕਿ ਜਦੋਂ ਗੱਲ ਪਾਕਿਸਤਾਨ ਤੇ ਭਾਰਤ ਦੀ ਚਲਦੀ ਹੈ ਤੇ ਉੱਥੇ ਦੋ ਮੁਲਕਾਂ ਦੀ ਜਿਹੜੀ ਵੰਡ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਖਾਸ ਤੌਰ ਤੇ ਪੰਜਾਬੀਆਂ ਲਈ ਬਾਕੀ ਸਾਰਾ ਮੁਲਕ ਕਹਿੰਦਾ ਕਿ 15 ਅਗਸਤ ਨੂੰ ਅਸੀਂ ਆਜ਼ਾਦ ਹੋਏ ਤੇ ਅਸੀਂ ਕਹਿੰਨੇ ਆ ਕਿ ਉਹ ਜਾੜਾ ਪਿਆ ਆ ਔਰ ਗੁਰਪ੍ਰੀਤ ਜੀ ਉਮੀਦ ਰੱਖਦੇ ਆ ਕਿ ਤੁਸੀਂ ਬੁਲੰਦੀਆਂ ਮਾਣੋ ਇਸੇ ਤਰੀਕੇ ਨਾਲ ਔਰ ਵੈਸੇ ਤਾਂ ਤੁਹਾਡੀ ਕਲਾ ਬਾਰੇ ਜੇ ਗੱਲ ਕਰਨੀ ਸ਼ੁਰੂ ਕਰੀਏ ਤੇ ਮੈਨੂੰ ਲੱਗਦਾ ਹੈ ਮੇਰੇ ਮਨ ਦੇ ਅੰਦਰ ਇੰਨੇ ਕ ਸਵਾਲ ਸੀਗੇ ਕਿ ਉਹਨਾਂ ਸਵਾਲਾਂ ਦੇ ਜਵਾਬ ਲੈਂਦੇ ਲੈਂਦੇ ਸ਼ਾਇਦ ਸ਼ਾਮ ਪੈ ਜਾਂਦੀ ਆ ਪਰ ਸਮੇਂ ਦੀ ਨਜ਼ਾਕਤ ਨੂੰ ਵੀ ਸਾਨੂੰ ਸਮਝਣਾ ਪੈਗਾ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਇਸ ਲਈ ਬਹੁਤ-ਬਹੁਤ ਸ਼ੁਕ ਬਹੁਤ ਬਹੁਤ ਧੰਨਵਾਦ ਜੀ ਮੈਂ ਵੀ ਟੀਵੀ ਪੰਜਾਬ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਨਿਮਾਣੇ ਕਲਾਕਾਰ ਨੂੰ ਦੇਸ਼ ਦੇ ਦਿੱਤੀਆਂ ਸੰਗਤਾਂ ਦੇ ਰੂਪ ਰੂਪ ਕੀਤਾ ਜੀ ਸੋ ਇਸ ਹਨ ਸਾਡੇ ਨਾਲ ਗੁਰਪ੍ਰੀਤ ਆਰਟਿਸਟ ਜਿਹੜੇ ਪੇਪਰ ਦੇ ਨਾਲ ਵੱਖ-ਵੱਖ ਮਾਡਲ ਜਿਹੜੇ ਆ ਉਹ ਬਣਾਉਂਦੇ ਆ ਔਰ ਇਸ ਵੇਲੇ ਵਿਸ਼ਵ ਦੇ ਵਿੱਚ ਆਪਣਾ ਨਾਮ ਕਾਇਮ ਕੀਤਾ ਹੋਇਆ ਉਹਨਾਂ ਨੇ ਫਿਲਹਾਲ ਜਸਵੀਰ ਨੂੰ ਦੀ ਇਜਾਜ਼ਤ ਫਿਰ ਮੁਲਾਕਾਤ ਹੋਏਗੀ ਤਦ ਤੱਕ ਲਈ ਦੇਖਦੇ ਰਹੋ ਟੀਵੀ ਪੰਜਾਬ